ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ। ਤੇ ਅੱਜ ਨਵਾਂ ਦਿਨ ਨਵੀਂ ਸ਼ੁਰੂਆਤ, ਤੇ ਬਾਕੀ ਜ਼ਿੰਦਗੀ ਏਦਾਂ ਵੀ ਚੱਲਦੀ ਰਹਿਣੀ ਹੈ ਨਾ। ਕੁਛ ਕੁਛ ਜ਼ਿੰਦਗੀ ਦੇ ਵਿੱਚ ਹੋ ਜਾਂਦਾ, ਬੜਾ ਕੁਛ ਹੁੰਦਾ ਰਹਿੰਦਾ ਹੈ ਨਾ, ਪਰ ਜਿਹੜਾ ਸਮਾਂ ਉਹ ਟਾਈਮ ਨਹੀਂ ਰੁਕਦਾ। ਮਤਲਬ ਮੈਂ ਕੱਲ ਕੱਲ੍ਹ ਕਰ... ਅਸੀਂ ਬੈਠੇ ਸੀਗੇ ਏਦਾਂ ਹੀ, ਠੀਕ ਹੈ, ਮੈਂ ਨਾ ਘੜੀ ਦੇਖ ਰਿਹਾ ਸੀਗਾ, ਠੀਕ ਹੈ, ਉਹ ਘੜੀ ਦੀ ਜਿਹੜੀ ਸੂਈ ਹੈ ਨਾ, ਉਹ ਦੂਜੀ ਡਿਜੀਟਲ ਕਲੋਕ ਹੁੰਦਾ, ਉਹ ਨਾ ਐ ਐ ਬੜੀ ਸਪੀਡ ਨਾਲ ਘੁੰਮਦੀ ਹੈ। ਸੈਕਿੰਡ, ਆਪਾਂ ਸੈਕਿੰਡ ਦੇਖਦੇ ਨਾ, ਉਹ ਮਿਲੀ ਸੈਕਿੰਡ ਹੁੰਦੇ ਨੇ, ਤੇ ਉਹ ਐ ਘੁੰਮਦੀ ਹੈ। ਉਹਨੂੰ ਦੇਖ ਕੇ ਅਹਿਸਾਸ ਹੁੰਦਾ ਵੀ ਹਾਂ, ਵੀ ਆਪਾਂ ਮਤਲਬ ਜਿਹੜਾ ਸਮਾਂ ਕਿੰਨੀ ਤੇਜ਼ੀ ਨਾਲ ਬੀਤ ਰਿਹਾ ਹੈ ਨਾ। ਤੇ ਸਮਾਂ ਤਾਂ ਬੀਤ ਜਾਣਾ, ਪਰ ਵਿੱਚ ਕੁਛ ਨਾ ਕੁਛ ਮਿਸ ਹੈਪਨਿੰਗ ਹੋ ਜਾਂਦੀ, ਕੁਛ ਏਦਾਂ ਦਾ ਹੋ ਜਾਂਦਾ ਹੈ ਨਾ, ਤੇ ਉਸ ਟਾਈਮ ਲਈ ਆਪਣੇ ਲਈ ਸਮਾਂ ਰੁਕ ਜਾਂਦਾ, ਬਟ ਸਮਾਂ ਚੱਲਦਾ ਰਹਿੰਦਾ ਹੈ ਨਾ। ਤੇ ਗੱਲ ਏਦਾਂ ਵੀ ਹੁਣ ਸਾਡੇ ਪਰਿਵਾਰ ਦੇ ਵਿੱਚ, ਸਾਡੇ ਰਿਸ਼ਤੇਦਾਰੀ ਦੇ ਵਿੱਚ ਕਹਿ ਲਓ ਵੀ ਮਿਸ ਹੈਪਨਿੰਗ ਹੋ ਗਈ ਹੈ ਨਾ, ਬਹੁਤ ਜ਼ਿਆਦਾ ਮਾੜਾ ਹੋਇਆ। ਤੇ ਮੇਰੀ ਚਾਚੀ ਸੀ ਹੈ ਨਾ, ਚਾਚੀ ਲੱਗਦੇ ਸੀ, ਤੇ ਉਹਨਾਂ ਦੀ ਡੈਥ ਹੋ ਗਈ। ਮੇਰੇ ਖਿਆਲ ਨਾਲ ਕਿੰਨੀ ਉਮਰ 'ਚ, 45-46 ਸਾਲ ਦੀ ਹੋਵੇਗੀ, ਮਤਲਬ ਐਗਜੈਕਟਲੀ ਨਹੀਂ ਪਤਾ, ਬਟ ਡੈਥ ਹੋ ਗਈ। ਤੇ ਬਹੁਤ ਜ਼ਿਆਦਾ ਅਫਸੋਸ ਹੋਇਆ, ਕਿਉਂਕਿ ਬਹੁਤ ਜ਼ਿਆਦਾ ਯਾਨੀ ਕਿ ਉਹਨਾਂ ਦੀ ਸਿਫਤਾਂ ਕਰਦੇ ਸੀ, ਹੈ ਨਾ ਸਾਰੇ। ਜਿਹੜਾ ਬੰਦਾ ਚੰਗਾ ਹੁੰਦਾ ਨਾ, ਜਲਦੀ ਚਲਾ ਜਾਂਦਾ, ਪਤਾ ਨਹੀਂ ਕਿਉਂ ਏਦਾਂ, ਕਿਉਂ ਹੁੰਦਾ, ਮਤਲਬ ਏਦਾਂ ਲੱਗਦਾ ਹੈ ਨਾ ਕਿ ਜਿਹੜਾ ਬੰਦਾ ਚੰਗਾ ਹੁੰਦਾ ਜਲਦੀ ਚਲਾ ਜਾਂਦਾ। ਤੇ ਤਾਂ ਕਰਕੇ ਫਿਰ ਅਸੀਂ ਜ਼ਿਆਦਾ ਵਲੌਗ ਵੀ, ਮਤਲਬ ਉਸ ਤੋਂ ਬਾਅਦ ਵਲੌਗ ਬਣਾਇਆ ਵੀ ਨਹੀਂ ਹੈਗਾ, ਹੈ ਨਾ। ਤੇ ਅੱਜ ਵੀ ਥੋੜਾ ਜਿਹਾ ਇਦਾਂ ਹੀ ਬੈਠੇ ਸੀਗੇ ਆਰਾਮ ਨਾਲ ਹੀ, ਮੰਮੀ ਵੀ ਉੱਥੇ ਹੀ ਨੇ, ਅੱਜ ਮੇਰੇ ਖਿਆਲ ਨਾਲ ਚੌਥਾ, ਤੇ ਤਾਂ ਕਰਕੇ ਅੱਜ ਘਰੇ ਹੀ ਆ ਅਸੀਂ ਵੀ। ਤੇ ਫਿਲਹਾਲ ਮੈਂ ਕਿਹਾ ਵਲੌਗ ਬਣਾਉਣਾ ਜ਼ਰੂਰੀ ਇਸ ਕਰਕੇ, ਕਿਉਂਕਿ ਜੇ ਨਾ ਪਾਵਾਂਗਾ ਵਲੌਗ ਤੇ ਫਿਰ ਪੰਗਾ ਪੈ ਜਾਣਾ। ਕਿ ਮਨਪ੍ਰੀਤ ਹੁਣ ਫਰੂਟ ਵਗੈਰਾ ਖਾ ਰਹੀ ਸੀ, ਇਹਦੀ ਤਬੀਅਤ ਥੋੜੀ ਠੀਕ ਨਹੀਂ ਸੀਗੀ, ਬੀਪੀ ਵਗੈਰਾ ਘਟਦਾ, ਉਹਦੇ ਕਰਕੇ ਹੁਣ ਇਹਨੂੰ ਫਰੂਟ ਫਰਾਟ ਤੇ ਜ਼ੋਰ ਦੇ ਰਹੇ ਆ, ਵੀ ਥੋੜਾ ਫਰੂਟ ਖਾਏਗੀ ਸ਼ਾਇਦ ਫਰਕ ਪੈ ਜਾਵੇ। ਤੇ ਆਹ ਦੇਖੋ, ਅਨਾਰ ਤੇ ਸੇਬ ਲਿਆਂਦੇ ਸੀਗੇ, ਠੀਕ ਹੈ, ਅਨਾਰ, ਸੇਬ ਤੇ ਚੀਕੂ, ਤੇ ਤਿੰਨੇ ਚੀਜ਼ਾਂ ਸਾਨੂੰ, ਸੇਬ ਹਲੇ ਫਿਰ ਵੀ ਠੀਕ ਠਾਕ ਮਿਲੇ ਕਿਉਂਕਿ ਮੈਂ ਅਲੱਗ ਦੁਕਾਨ ਤੋਂ ਲਏ ਸੀ। ਤੇ ਜਿਹੜੇ ਚੀਕੂ ਤੇ ਅਨਾਰ ਲਏ ਸੀ, ਹੈ ਉਹ ਦੇ ਲਓ ਵੀ, ਇਹ ਜਿਹੜੇ ਪਰਦੇਸੀ ਨੇ ਨਾ ਵੀਰ ਸਾਡੇ, ਇਹਨਾਂ ਨੇ ਬਹੁਤ ਦੁਖੀ ਸਾਰੇ, ਠੱਗਦੇ ਬਹੁਤ ਆ ਇਹ, ਇੰਨਾ ਇੰਨਾ ਜ਼ਿਆਦਾ। ਜਦ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਵਧੀਆ ਹੋਣਗੇ ਨਾ, ਫਿਰ ਕਹਿੰਦਾ ਹਾਂ ਹਾਂ ਬਹੁਤ ਵਧੀਆ, ਕਾਟ ਕੇ ਦੇਖ ਲਓ। ਇਹੀ ਡਾਇਲੋਗ ਹੈ ਉਹਨਾਂ ਕੋਲ, ਕਾਟ ਕੇ ਦੇਖ ਲਓ। ਲੋ ਕੱਟ ਲੋ, ਲੋ ਕੱਟ ਲੋ, ਲੋ ਲੋ ਕੱਟ ਲੋ। ਹੈ, ਹਰ ਵਾਰੀ ਕਹਿ ਦੇਣਗੇ ਕੱਟ ਕੇ ਦੇਖ ਲਓ। ਹੁਣ ਮਤਲਬ ਬੰਦਾ ਇੰਨਾ ਉਹ ਹੁੰਦਾ ਵੀ ਕਿਉਂ, ਹੈ ਨਾ, ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਬੰਦੇ ਕੋਲ ਕੱਟ ਕੱਟ ਕੇ ਦੇਖੇ, ਚੈੱਕ ਕਰੇ, ਆਪ ਨੂੰ ਨਹੀਂ ਚੰਗਾ ਲੱਗਦਾ, ਹੈ ਨਾ, ਵੀ ਜੇ ਨਾ ਸਵਾਦ ਨਿਕਲਿਆ ਤਾਂ ਫਿਰ ਮਨਾ ਕਰਨਾ ਪੈਣਾ, ਆਪ ਨੂੰ ਨਹੀਂ ਚੰਗਾ ਲੱਗਦਾ। ਤੇ ਇਹੀ ਡਾਇਲੋਗ ਫੜਿਆ ਤੇ ਠੱਗ ਲੈਂਦੇ ਆ ਮੁੜ ਗਏ। ਹੁਣ ਆ ਦੇ ਲਓ, ਆ ਵੀ ਕੱਚੇ ਆ, ਅਨਾਰ ਵੀ ਸਹੀ ਨਹੀਂ ਨਹੀਂ ਹੈਗੇ, ਚੀਕੂ ਕੱਚੇ ਨੇ, ਹੈ ਚੀਕੂ, ਅਨਾਰ ਵੀ ਕੱਚੇ ਨੇ, ਅਨਾਰ ਵੀ ਕੱਚੇ ਮਿੱਠੇ ਨੇ, ਨਹੀਂ ਹੈਗੇ। ਹਾਂ। ਤੇ ਮੈਂ ਹੁਣ, ਮੈਂ ਪੂਰੇ ਰੋਹੜੀ ਸਾਰੇ ਕਿਤੇ ਦੇਖ ਲਿਆ, ਕੱਲ ਸ਼ਿਵਰਾਤਰੀ ਸੀ ਤੇ ਤਾਂ ਕਰਕੇ ਨਾ ਰੇੜੀਆਂ ਹੈ ਹੀ ਨਹੀਂ ਸੀ, ਬਹੁਤ ਇੱਕ ਦੋ ਹੀ ਸੀ, ਮੈਂ ਉੱਤੋਂ ਲੈਣਾ ਪਿਆ ਮਜਬੂਰਨ। ਹਾਂਜੀ, ਤੇ ਆ ਦੇਖੋ ਮਾਨਿਆ ਆ ਚੁੱਕੀ ਹੈ, ਤੇ ਨੰਨੂ ਨੇ ਇਹਨੂੰ ਦੇਖ ਕੇ ਰੋਲਾ ਪਾਇਆ ਸੀ ਫਿਸ਼ ਵਾਲੀ ਗੇਮ ਦਾ। ਹਾਂ, ਨੰਨੂ ਨੂੰ ਫਿਸ਼ ਵਾਲੀ ਗੇਮ ਹੈ, ਇਹਨੇ ਇਹਦੇ ਕੋਲ ਹੈਗੀ ਹੈ। ਹਾਂ, ਕਿੰਨੇ ਦੀ ਆਂਦੀ ਬੇਟਾ ਫਿਸ਼ ਵਾਲੀ ਗੇਮ? 1 ਲੱਖ ਦੀ, ਹੈ 1 ਲੱਖ ਦੀ, 1 ਲੱਖ ਕਿੰਨਾ ਹੁੰਦਾ ਹੈ? ਤੇਰੇ ਵਾਲੀ ਗੇਮ ਕਿੰਨੇ ਦੀ ਆਈ ਸੀ? ਮੇਰੀ ਵਾਲੀ ਗੇਮ ਆਈ ਸੀ 20 ਲੱਖ ਦੀ। 20 ਲੱਖ ਦੀ ਆਈ ਸੀ? ਅੱਛਾ, ਤੇ 20 ਲੱਖ ਹੈਗਾ ਤੇਰੇ ਪਾਪਾ ਕੋਲ ਹੈਗਾ? ਤੇ ਹੁਣ, ਉਹ ਖਤਮ ਹੋ ਗਿਆ, ਪਰ ਫਿਸ਼ ਵਾਲੀ ਗੇਮ ਲੈਣੀ ਸੀ। ਅੱਛਾ, ਫਿਸ਼ ਵਾਲੀ ਗੇਮ ਲੈ ਲਈ ਸੀ 20 ਲੱਖ ਰੁਪਏ ਦੀ? ਵੀ ਸਕਦੇ, ਉਧਰ ਵੀ ਕਰ ਸਕਦੇ ਆ। ਅੱਛਾ, ਫਿਸ਼ ਵਾਲੀ ਗੇਮ ਲੈ ਕੇ ਰੁਕ ਜਾ। ਅੱਛਾ, ਲੈ ਕੇ ਆ ਫਿਸ਼ ਵਾਲੀ ਗੇਮ, ਫਿਰ ਦਿਖਾ। ਮੈਂ ਤੁਹਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਹਾਂ, ਆਹੋ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ, ਸਾਰਾ ਕੁਝ ਤੁਹਾਨੂੰ ਹੀ ਪਤਾ ਹੈ। ਮੈਨੂੰ ਪਤਾ ਕਿੱਦਾਂ ਦੀ ਹੁੰਦੀ ਹੈ। ਹਾਂਜੀ ਹਾਂਜੀ, ਸਾਨੂੰ ਤਾਂ ਪਤਾ ਹੀ ਕੁਝ। ਚਲੋ ਲੈ ਕੇ ਆਈਏ ਫਿਰ, ਠੀਕ ਠੀਕ ਹੈ ਠੀਕ। ਹਾਂਜੀ, ਤੇ ਇਹ ਆ ਗਈ ਮਾਨਿਆ ਦੀ ਫਿਸ਼ ਵਾਲੀ ਗੇਮ।
ਤੇ ਆਹ ਦੇਖੋ, ਆਹ ਨਿੱਕੀ ਜੀ ਫਿਸ਼ ਦੇਖੋ ਕਿੰਨੀ ਸੋਹਣੀ ਲੱਗਦੀ ਆ, ਦੇਖਿਓ ਕਿਆ ਬਾਤ ਹੈ। ਤੇ ਇਹਨੂੰ ਆਪਾਂ ਇਹਦੇ ਵਿੱਚ ਰੱਖ ਦਾਂਗੇ ਇੱਦਾਂ। ਇੱਕ ਮਿੰਟ ਰੁਕ ਜਾ, ਇੱਕ ਮਿੰਟ ਰੁਕ ਜਾ, ਇਹ ਇੱਕ ਇੱਥੇ ਰੱਖਤੀ, ਫਿਰ ਆਪਾਂ ਫਿਸ਼ਿੰਗ ਕਰਦੇ ਹਾਂ, ਠੀਕ ਹੈ। ਤੇ ਆਹ ਦੇਖੋ ਜੀ, ਹੁਣ ਆਹ ਰੱਖਦੀਆਂ, ਹੁਣ ਚਲਾਓ ਜੀ। ਤੇ ਉਹ ਦੇਖੋ, ਉਹ ਚੱਲ ਰੱਖਦੀ, ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ। ਕਿਹੜੀ ਫੜੀਏ? ਓਏ ਚੱਕਲੀ, ਕਿੱਥੇ ਸੱਟਣੀ ਹੈ? ਤੇ ਆ ਦੇਖੋ, ਜਿੱਦਾਂ ਹੀ ਉਹਦਾ ਮੂੰਹ ਖੋਲਿਆ, ਨਾਲ ਹੀ ਕੁੰਡੀ ਪਾ ਲੈਣੀ ਹੈ। ਤੇ ਆ ਦੇਖੋ, ਆ ਚੱਕ ਲਈ। ਹਾਂਜੀ, ਤੇ ਹੁਣ ਆ ਦੇਖੋ, ਰੈਕਟ ਚੱਲਣ ਲੱਗੀ ਹੈ, ਟੇਬਲ ਟੈਨਿਸ। ਹਾਂ ਤੁਸੀਂ ਬਣਾ ਲਿਓ ਟੇਬਲ ਟੈਨਿਸ, ਸਾਡੀ ਚੱਲਣ ਲੱਗੀ ਹੈ। ਉਧਰ ਮਨਪ੍ਰੀਤ ਹੈ ਮੇਰੇ ਮੇਰੇ ਓਪੋਜ਼ਿਟ, ਤੇ ਇੱਧਰ ਮੈਂ ਬੈਠਾ ਏਦਾਂ ਹੀ, ਠੀਕ ਹੈ। ਨਹਾਉਣਾ ਧੋਣਾ ਬਹੁਤ ਟਾਈਮ ਹੋ ਗਿਆ, ਤੇ ਆਪਾਂ ਹੁਣ ਪਹਿਲਾਂ ਖੇਡ ਲਈਏ, ਕਿਉਂਕਿ ਮਨਪ੍ਰੀਤ ਨੂੰ ਆ ਰਹੀ ਸੀ ਨੀਂਦ, ਮਨਪ੍ਰੀਤ ਨੂੰ ਪੜ੍ਹਨਾ ਸੀ ਤੇ ਨੀਂਦ ਆ ਰਹੀ ਸੀ, ਤਾਂ ਕਰਕੇ ਹੁਣ ਰੈਕਟ ਖੇਡਣ ਲੱਗੇ, ਠੀਕ ਹੈ। ਚਲੋ ਦੇਖਦੇ ਹਾਂ ਕੌਣ ਜਿੱਤਦਾ, ਠੀਕ ਹੈ। ਹੈਲੋ, ਹੈਲੋ ਗਾਈਸ, ਅੱਜ ਆਪਾਂ ਚਿੜੀ ਚਿੱਕਾ ਖੇਡਦੇ ਪਏ ਆ, ਤੇ ਅੱਜ ਮਾਮੇ ਆ ਬੈਠੀ ਆ, ਤੇ ਐ ਦੇਖ ਲੋ ਕਿ ਪਾਪਾ ਬੈਠੇ ਨੇ, ਤੇ ਇੱਥੇ ਇੱਥੇ ਪਾਪਾ ਬੈਠੇ ਨੇ, ਹੱਥ ਨਾ ਨਾ ਅੱਗੇ ਕਰ। ਹਾਂ ਤੇ ਉਧਰ ਮੁਸਕਾਨ ਭੂਆ ਵਿਖਾ ਦੇ, ਇੱਥੇ ਮੁਸਕਾਨ ਭੂਆ ਹੁਣ ਬੈਠ ਗਿਆ, ਕੱਲ ਉੱਥੇ ਬੈਠ ਸੀ, ਫਿਰ ਅੱਜ ਆਪਾਂ ਮੋਟਰਸਾਈਕਲ ਠੀਕ ਕਰਾਉਣ ਦਿੱਤਾ ਸੀਗਾ ਕਾਫੀ ਦਿਨਾਂ ਬਾਅਦ, ਤੇ ਮੇਰੇ ਖਿਆਲ ਨਾਲ ਸੋਨੂੰ ਉੱਥੇ ਗਿਆ ਹੋਇਆ ਸੀ ਮੋਟਰਸਾਈਕਲ ਲੈਣ ਵਾਸਤੇ, ਤੇ ਆਪਾਂ ਮੋਟਰਸਾਈਕਲ ਠੀਕ ਕਰਵਾ ਲਿਆ ਹੋਇਆ, ਤੇ ਕਾਫੀ ਸਾਰਾ ਕੰਮ ਕਰਵਾਇਆ, ਠੀਕ ਹੈ ਮੋਟਰਸਾਈਕਲ ਦਾ। ਤੇ ਆਹ ਦੇਖੋ ਸਾਹਮਣੇ, ਧੋਆਇਆ ਵੀ ਹੈ, ਲੱਗਦਾ ਤਾਂ ਹੈ ਨੀ ਧੋਇਆ ਯਾਰ ਸੋਨੂੰ, ਇਹ ਤੂੰ ਸਾਹਮਣੇ ਖੜ ਕੇ ਧੋਇਆ, ਤੇਰੇ ਨੀ ਤੇਰੇ ਖੜ ਕੇ ਸਾਹਮਣੇ ਧੋਇਆ ਮੋਟਰਸਾਈਕਲ। ਅੱਛਾ ਅੱਛਾ, ਆਹੋ ਐ ਲੱਗਦਾ ਜਿਦਾਂ ਹਨਾ। ਚਲੋ ਵੈਸੇ ਲੱਗ ਤਾਂ ਰਿਹਾ ਹੀ ਆ ਵੈਸੇ ਧੋਤਾ। ਅੱਛਾ ਬੱਲੇ, ਚਾਰ ਚਾਰ ਇੰਡੀ, ਓ ਤੇਰੀ ਹਵਾ ਉੱਚਾ ਕਰਾ ਦਾ ਪਾਗਲਾ ਤੂੰ, ਮੋਟਰਸਾਈਕਲ ਆ ਵੀ ਲਵਾਈ ਦੇਣਾ ਜੀ ਫਿਰ। ਅੱਛਾ ਆਹੋ, ਕੋਈ ਗੱਲ ਨੀ, ਨਹੀਂ ਨਹੀਂ ਰਹਿੰਦੇ ਰਹਿੰਦੇ। ਹਾਂਜੀ, ਤੇ ਹੁਣ ਪਰਨਾ ਬੰਨ ਕੇ ਤੇ ਤਿਆਰ ਸ਼ਿਆਰ ਹੋ ਕੇ ਬੈਠੇ ਹਾਂ, ਤੇ ਸੋਨੂ ਕੋਲੋਂ ਮੰਗਾਇਆ ਬਰਗਰ ਨੰਨੂ ਵਾਸਤੇ ਤੇ ਸੋਨੂ ਵਾਸਤੇ, ਤੇ ਆਪਾਂ ਕੁਛ ਹੈਲਦੀ ਅੱਜ ਮੰਗਾਇਆ, ਕਿਉਂਕਿ ਅੱਜ ਤਬੀਅਤ ਮਨਪ੍ਰੀਤ ਦੀ ਖਰਾਬ ਹੈ, ਤੇ ਮੈਂ ਵੀ ਕੁਛ ਹੈਲਦੀ ਖਾ ਲੈਂਦਾ ਹੈ ਨਾ, ਤੇ ਜ਼ਿਆਦਾ ਮੈਂ ਵੀ ਬਾਹਰਲਾ ਖਾਂਦਾ ਨਹੀਂ ਹੈਗਾ, ਤਬੀਅਤ ਇਹਦੀ ਖਰਾਬ ਹੈ, ਹੁਣ ਬੀਪੀ ਫਿਰ ਡਾਊਨ ਹੋ ਗਿਆ, ਤੇ ਹੁਣ ਫਿਰ ਦਵਾਈ ਲੈਣੀ ਪੈਣੀ, ਫਿਰ ਪੈਸਿਆਂ ਦੀ ਤਾਂ ਬਣ ਜਾਣੀ ਹੈ। ਹੋਰ ਪੈਸਿਆਂ ਦਾ ਤੁਹਾਨੂੰ ਜ਼ਿਆਦਾ ਹੋਏ, ਮੇਰੇ ਕਹਿਣ ਦਾ ਮਤਲਬ
ਪਰੇਸ਼ਾਨ ਇਹਦਾ ਸੈਂਸ ਵੀ ਚੰਗਾ ਲੱਗਦਾ ਇੰਨੀ ਵਾਰ ਯਾਰ ਮੇਰੇ ਕਹਿਣ ਦਾ ਮਤਲਬ ਇਹ ਸੀ ਬਈ ਦਵਾਈ ਲਿਆਣੀ ਦਵਾਈ ਦੁਬਾਰਾ ਦੁਬਾਰਾ ਖਾਣੀ ਹੈਨਾ ਮਤਲਬ ਉਹ ਦਵਾਈ ਜ਼ਿਆਦਾ ਵੀ ਖਰਾਬ ਕਰਦੀ ਸਰੀਰ ਨੂੰ ਹੈਨਾ ਬਾਰ ਬਾਰ ਦਵਾਈ ਲਿਆਓ ਪੈਸੇ ਵੀ ਖਰਾਬ ਹੁੰਦੇ ਆ ਤੇ ਸਰੀਰ ਵੀ ਖਰਾਬ ਹੁੰਦਾ ਚਲ ਪੈਸੇ ਤਾਂ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ ਪਰ ਕਿੱਥੇ ਸੁਣਾਉਂਦਾ ਰਹਿੰਦਾ ਗੱਲ ਮਤਲਬ ਪੈਸੇ ਦੀ ਨਹੀਂ ਹੈਗੀ ਕਹਿਣ ਦਾ ਭਾਵ ਵੀ ਬਾਰ ਬਾਰ ਹੈਨਾ ਨਹੀਂ ਚੰਗਾ ਲੱਗਦਾ ਕਿਸੇ ਵੀ ਬੰਦੇ ਨੂੰ ਪੁੱਛ ਲੈ ਚੱਕ ਕੇ ਬਈ ਕਿਹਨੂੰ ਦਵਾਈ ਲੈਣੀ ਚੰਗੀ ਲੱਗਦੀ ਹੈ ਬਾਰ ਬਾਰ ਹੈਨਾ ਇੱਕੋ ਵਾਰੀ ਆਰਾਮ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਕੋਈ ਪਰਮਾਨੈਂਟ ਇਲਾਜ ਮਿਲਣਾ ਚਾਹੀਦਾ ਹੈ ਨਾ ਤੇ ਪੈਸੇ ਤਾਂ ਖਰਾਬ ਹੁੰਦੇ ਹੀ ਆ ਓਬਵੀਅਸਲੀ ਗੱਲ ਹੈ ਆਪਾਂ ਕਿਹੜਾ ਮਾਨੀ ਅਡਾਨੀ ਆ ਵੀ ਜਿਹੜਾ ਸਾਡੇ ਕੋਲ ਬਹੁਤ ਪੈਸਾ ਸਾਨੂੰ ਪੈਸੇ ਦੀ ਕੋਈ ਪਰਵਾਹ ਨਹੀਂ ਹੈਨਾ ਪੈਸੇ ਤਾਂ ਲੱਗਦੇ ਫਿਰ ਪਰੇਸ਼ਾਨ ਤਾਂ ਹੁੰਦਾ ਪਰੇਸ਼ਾਨ ਜ਼ਿਆਦਾ ਹੁੰਦਾ ਬੰਦਾ ਵੀ ਬਾਰ ਬਾਰ ਦਵਾਈ ਖਾਣੀ ਨਹੀਂ ਚੰਗੀ ਹੁੰਦੀ ਇਹ ਗੱਲ ਮੈਂ ਕਹਿ ਰਿਹਾ ਸੀਗਾ ਸਮਝ ਜੀ ਪੈਸਿਆਂ ਦਾ ਤਾਂ ਮੈਂ ਤੈਨੂੰ ਕਦੀ ਵੀ ਨਹੀਂ ਸੁਣਾਇਆ ਏਦਾਂ ਕਿਉਂ ਇੱਕ ਹੋਰ ਵਲੌਗ ਦੇ ਵਿੱਚ ਵੇਖਿਓ ਕਿਹੜੇ ਵਲੌਗ 'ਚ ਜਦੋਂ ਆਪਾਂ ਉੱਥੇ ਨਵੇਂ ਸ਼ਹਿਰ ਦਵਾਈ ਲੈਣ ਗਏ ਸੀ ਨਵੇਂ ਸ਼ਹਿਰ ਦਵਾਈ ਲੈਣ ਗਏ ਸੀ ਮੈਂ ਕਦੋਂ ਨਵੇਂ ਸ਼ਹਿਰ ਨਹੀਂ ਸੀ ਆਪਾਂ ਦਵਾਈ ਜਦੋਂ ਕਹਿੰਦੇ ਪਏ ਸੀ ਤੁਸੀਂ ਕੀ ਵੀ ਇਹ ਤਨਖਾਹ ਤੇ ਮੇਰੀ ਉਹਦੇ ਵਿੱਚ ਹੀ ਉੱਡ ਗਈ ਦਵਾਈਆਂ ਸੀ ਓਏ ਹੋਏ ਓਏ ਯਾਰ ਉਹ ਤਾਂ ਮੈਂ ਮਜ਼ਾਕ ਕਰ ਰਿਹਾ ਸੀ ਵੀ ਇਹ ਯਾਰ ਆਹੋ ਆਹੋ ਉਹ ਯਾਰ ਮੈਂ ਉਹਦੇ ਉੱਤੇ ਉਹ ਮੈਂ ਸੜਕ ਤੇ ਤਾਂ ਮਜ਼ਾਕ ਕਰ ਰਿਹਾ ਸੀ ਇਹਨੇ ਉਹ ਗੱਲ ਚੱਕ ਯਾਦ ਦੇ ਲੋ ਗੱਲਾਂ ਦਿਲ ਚ ਰੱਖਦੀ ਹੈ ਇਹਦੀ ਬਸ ਇਹੀ ਗੱਲ ਮਾੜੀ ਹੈ ਵੀ ਗੱਲਾਂ ਨਾ ਦਿਲ ਚ ਰੱਖਦੀ ਹੈ ਮੈਂ ਕਦੀ ਵੀ ਗੱਲ ਜਿਹੜੀ ਹੈ ਨਾ ਕਦੀ ਵੀ ਦਿਲ ਚ ਨਹੀਂ ਰੱਖਦਾ ਭਾਵੇਂ ਮੈਨੂੰ ਕੋਈ ਵੀ ਜਿੰਨਾ ਵੀ ਮਰਜ਼ੀ ਬੁਰਾ ਕਹਿ ਦੇਵੇ ਮੈਂ ਹਮੇਸ਼ਾ ਭੁੱਲ ਜਾਂਦਾ ਹਾਂ ਤੇ ਫਿਰ ਦਿਲ ਚ ਰੱਖੀ ਦੀ ਨੀ ਨਾ ਮੈਂ ਤਾਂ ਮੈਂ ਰਿਪੀਟ ਮੇਰੀ ਗੱਲ ਰਿਪੀਟ ਨਹੀਂ ਹੋਈ ਮੇਰੀ ਸਿਚੁਏਸ਼ਨ ਦੇ ਹਿਸਾਬ ਨਾਲ ਗੱਲ ਆਉਂਦੀ ਮੈਂ ਦਿਲ ਚ ਨਹੀਂ ਰੱਖਦਾ ਸਮਝ ਗਈ ਹਾਂ ਤੇ ਤੂੰ ਦਿਲ ਚ ਰੱਖਦੀ ਆ ਗੱਲਾਂ ਠੀਕ ਹੈ ਨਾ ਤੇ ਮਤਲਬ ਦਵਾਈ ਇਹ ਦਵਾਈ ਕਿਹਨੇ ਦਵਾਣੀ ਮੈਂ ਹੀ ਦਵਾਣੀ ਹੋਰ ਤਾਂ ਕਿਸੇ ਨੇ ਆ ਕੇ ਦਵਾਣੀ ਨਹੀਂ ਦਵਾਈ ਇਹਨੂੰ ਠੀਕ ਹੈ ਨਾ ਮੈਂ ਹੀ ਦਵਾਈ ਦਵਾਣੀ ਸੀ ਆਹੋ ਤੇ ਹੋਰ ਕਿਹਨੇ ਦਵਾਣੀ ਹੈ ਮੈਂ ਵੀ ਤਾਂ ਉਹੀ ਕਹਿ ਰਿਹਾ ਤੇ ਪੈਸੇ ਮੈਂ ਵੈਸੇ ਕਹਿਤਾ ਵੀ ਹਾਂ ਵੀ ਪੈਸਿਆਂ ਦੀ ਥਾਂ ਬਣ ਜਾਂਦੀ ਹੈ ਵੀ ਦਵਾਈਆਂ ਤੇ ਯਾਰ ਪੈਸੇ ਲਾਣੇ ਕਿਸੇ ਨੂੰ ਵੀ ਚੰਗੇ ਲੱਗਦੇ ਕਿਸੇ ਨੂੰ ਵੀ ਪੁੱਛ ਲਓ ਕਿਸੇ ਵੀ ਬੰਦੇ ਨੂੰ ਪੁੱਛ ਲਓ ਕਿਸੇ ਵਿਆਹੇ ਬੰਦੇ ਨੂੰ ਪੁੱਛ ਲਓ ਵੀ ਦਵਾਈਆਂ ਤੇ ਪੈਸੇ ਲਾਣੇ ਉਹਨੂੰ ਚੰਗੇ ਲੱਗਦੇ ਆ ਨਹੀਂ ਚੰਗੇ ਲੱਗਦੇ ਕੋਈ ਵੀ ਨਹੀਂ ਪੈਸੇ ਲਾ ਰਿਹਾ ਯਾਰ ਕੁਵਾਰਿਆਂ ਦੀ ਕਿਹੜੀਆਂ ਘਰ ਵਾਲੀਆਂ ਹੁੰਦੀਆਂ ਘਰ ਵਾਲੀਆਂ ਤੇ ਵਿਆਹ ਦੀਆਂ ਹੁੰਦੀਆਂ ਨਾ ਇਹਨਾਂ ਦੇ ਕਹਿਣ ਦਾ ਮਤਲਬ ਹੈ ਇਹ ਵੀ ਬਸ ਨਾ ਘਰ ਵਾਲੀਆਂ ਤੇ ਪੈਸੇ ਖਰਚ ਹੁੰਦੇ ਨੇ ਵਿਆਹ ਤੋਂ ਬਾਅਦ ਹਾਂ ਤੇ ਹੁੰਦੇ ਹੀ ਨੇ ਕੁਵਾਰੀਆਂ ਤੇ ਹੁੰਦੇ ਘਰ ਮੇਰੀ ਗੱਲ ਸੋ ਜੋ ਕੁਵਾਰਾ ਬੰਦਾ ਛੜਾ ਛਾੜ ਹੁੰਦਾ ਉਹਨੂੰ ਕਾਦੀ ਟੈਨਸ਼ਨ ਹੁੰਦੀ ਕਾਦੀ ਫਿਕਰ ਹੁੰਦੀ ਹੈ ਹੈ ਦੋ ਕੱਪੜੇ ਲੱਤੇ ਲੈਣੇ ਆ ਤੇ ਖਾਣਾ ਪੀਣਾ ਬਸ ਸੋ ਜਾਣਾ ਫੈਮਲੀ ਨਹੀਂ ਹੁੰਦੀ ਫੈਮਲੀ ਕਾ ਕੁਵਾਰੇ ਬੰਦੇ ਨੂੰ ਮਾਪੇ ਨਹੀਂ ਬਾਲਾ ਤੰਗ ਕਰਦੇ ਸੀ ਨਾ ਘਰ ਵਾਲੀਆਂ ਜ਼ਿਆਦਾ ਤੰਗ ਕਰਦੀਆਂ ਘਰ ਵਾਲੇ ਬੱਚੇ ਜਿਹੜੇ ਮਾਂ ਬਾਪ ਹੁੰਦੇ ਉਹ ਘੱਟ ਤੰਗ ਕਰਦੇ ਆ ਘਰ ਵਾਲੀਆਂ ਤਾਂ ਤੁਹਾਨੂੰ ਪਤਾ ਵੀ ਲਹੂ ਪੀ ਜਾਂਦੀਆਂ ਬੰਦੇ ਦਾ ਹਾਂ ਹੁਣ ਜਿੱਦਾਂ ਬਾਰ ਬਾਰ ਹੁਣ ਕਹੀ ਜਾਂਦੀ ਹੈ ਮੈਂ ਜੋ ਇੱਕ ਵਾਰੀ ਮੈਂ ਕਹਿ ਤਾ ਇਹਨੂੰ ਬਈ ਹੈ ਨਾ ਦਵਾਈਆਂ ਤੇ ਪੈਸੇ ਦੇਣ ਹੁਣ ਉਹੀ ਗੱਲ ਨੂੰ ਫੜ ਕੇ ਬੈਠੀ ਹੋਈ ਹੈ ਕਦੋਂ ਦੀ ਠੀਕ ਹੈ ਨਾ ਤੇ ਵੀ ਤੁਸੀਂ ਇੰਨੀ ਗੱਲ ਕਹੀ ਤੇ ਕਹੀ ਕਿਉਂ ਠੀਕ ਹੈ ਤੇ ਇਹ ਗੱਲ ਘਰ ਵਾਲੀਆਂ ਨੂੰ ਸਮਝਣੀ ਚਾਹੀਦੀ ਘਰ ਵਾਲੀਆਂ ਵਾਲੇ ਵਾਸਤੇ ਬਹੁਤ ਮਾੜੀ ਗੱਲ ਹੈ ਵੀ ਬੰਦੇ ਦੀ ਸਿਚੁਏਸ਼ਨ ਨੂੰ ਨਹੀਂ ਸਮਝਦੀਆਂ ਠੀਕ ਹੈ ਨਾ ਵੀ ਪੈਸਾ ਕਿਹੜਾ ਰੁੱਖਾਂ ਨਾਲ ਲੱਗਾ ਹੋਇਆ ਠੀਕ ਹੈ ਨਾ ਮੈਂ ਤੈਨੂੰ ਕਿਹਾ ਵੀ ਤੂੰ ਬਿਮਾਰ ਜੇ ਤੂੰ ਬਿਮਾਰ ਹੋਏਗੀ ਜ਼ਿੰਮੇਵਾਰੀ ਤੇ ਮੇਰੀ ਹੈ ਨਾ ਤਕਲੀਫ ਤਾਂ ਮੈਨੂੰ ਵੀ ਹੋਣੀ ਹੈ ਤਕਲੀਫ ਤਾਂ ਮੈਨੂੰ ਹੋਣੀ ਹੈ ਪਰ ਮੇਨ ਗੱਲ ਫਿਰ ਉਹੀ ਹੈ ਗੱਲ ਪੈਸੇ ਦੀ ਤਾਂ ਹੈ ਹੀ ਨਹੀਂ ਸੀ ਇਹਨੇ ਪੈਸੇ ਦੀ ਗੱਲ ਬਣਾ ਲਈ ਮੈਂ ਕਹਿਣ ਦਾ ਮਤਲਬ ਇਹ ਸੀ ਵੀ ਬਾਰ ਬਾਰ ਨਹੀਂ ਦਵਾਈਆਂ ਲੈਣੀਆਂ ਚੰਗੀਆਂ ਲੱਗਦੀਆਂ ਮਤਲਬ ਸਰੀਰ ਖਰਾਬ ਹੁੰਦਾ ਦਵਾਈ ਜ਼ਿਆਦਾ ਖਾਣ ਨਾਲ ਸਮਝ ਗਏ ਬੀਪੀ ਹੈ ਨਾ ਬੀਪੀ ਹਰ ਵਾਰੀ ਬੀਪੀ ਇਹਦਾ ਘੱਟ ਜਾਂਦਾ ਤੇ ਹੁਣ ਮੈਂ ਇਹ ਸੋਚਦਾ ਵੀ ਬੀਪੀ ਜੇ ਘਟਦਾ ਤਾਂ ਇਹਦਾ ਕੋਈ ਇਲਾਜ ਕੋਈ ਏਦਾਂ ਦਾ ਲੱਭਿਆ ਜਾਵੇ
ਵੀ ਇੱਕੋ ਵਾਰੀ ਹੈ ਨਾ ਇਲਾਜ ਹੋ ਜਾਵੇ, ਫਿਰ ਮੁੜ ਕੇ ਦੁਬਾਰਾ ਬੀਪੀ ਨਾ ਇਹਦਾ ਘਟੇ। ਅਤੇ ਬੀਪੀ ਘਟਣ ਦਾ ਵੈਸੇ ਕਾਰਨ, ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਬੀਪੀ ਘਟਣ ਦਾ ਕਾਰਨ ਕੀ ਹੁੰਦਾ, ਹੈ ਨਾ। ਅਤੇ ਬਾਕੀ ਚੱਲੀ ਜਾਣੀ ਹੈ ਜ਼ਿੰਦਗੀ ਇੱਦਾਂ ਹੀ, ਦੁੱਖ ਸੁੱਖ ਤਕਲੀਫਾਂ। ਕਮੈਂਟ ਚੱਲ ਮੈਂ ਕੋਈ ਨਹੀਂ ਕਰਦਾ ਉਹ ਅਲੱਗ ਗੱਲ ਹੈ, ਫਿਰ ਵੀ ਜਿਹੜੇ ਇੱਕਾ ਦੁੱਕਾ ਕਰਦੇ ਕੋਈ ਦੱਸੇਗਾ ਹੀ, ਕੋਈ ਤਾਂ ਦੱਸੇਗਾ ਦੇਖ ਕੇ, ਠੀਕ ਹੈ ਨਾ। ਅਤੇ ਬਾਕੀ ਕੋਈ ਗੱਲ ਨਹੀਂ, ਇੰਨਾ ਮਾੜੀ ਮੋਟੀ ਚੱਲ। ਕੀ ਪੈਸਿਆਂ ਦਾ ਕੌਣ ਸੁਣਾਉਂਦਾ, ਕੀ ਕੌਣ ਸੁਣਾਉਂਦਾ ਪੈਸਿਆਂ ਦਾ, ਹੈਂ? ਤੁਸੀਂ ਲਾ ਕੇ ਸੁਣਾਉਂਦੇ ਹੋ ਵੀ ਪੈਸੇ ਲੱਗੇ ਘਰ ਵਾਲੀਆਂ। ਉਹ ਯਾਰ ਮੈਂ ਕਹਿ ਰਿਹਾ ਵੀ ਘਰ ਜ਼ਿੰਮੇਵਾਰੀ ਹੋ ਜਾਂਦੀ ਨਾ, ਫਿਰ ਤਕਲੀਫ ਤਾਂ ਚਲੋ ਹੁੰਦੀ ਹੈ। ਜਦੋਂ ਆਪ ਦਵਾਈਆਂ, ਜਿਹੜੀਆਂ ਦਵਾਈਆਂ ਦੇ ਪੈਸੇ ਲੱਗਦੇ ਉਹ ਫਾਲਤੂ ਦੇ ਪੈਸੇ ਹੁੰਦੇ ਆ, ਜਿਹੜੇ ਦਵਾਈਆਂ ਤੇ ਲੱਗਦੇ ਆ ਉਹ ਕਿਸੇ ਗਿਣਤੀ ਚ ਨਹੀਂ ਆਉਂਦੇ, ਠੀਕ ਹੈ ਨਾ। ਉਹ ਨਜਾਇਜ਼ ਪੈਸਾ ਲੱਗਦਾ, ਉਹਨੂੰ ਨਜਾਇਜ਼ ਪੈਸਾ ਕਹਿੰਦੇ ਆ ਵੀ ਦਵਾਈਆਂ ਤੇ ਜਿਹੜਾ ਪੈਸਾ ਲੱਗਦਾ, ਹੈ ਨਾ। ਬਾਕੀ ਆਪਣੀ ਆਪਣੀ ਸੋਚ ਆ, ਮੇਰੀ ਤਾਂ ਸੋਚ ਇਹ ਸੀਗਾ ਵੀ ਬਿਮਾਰ ਜ਼ਿਆਦਾ ਨਹੀਂ ਹੋਣਾ ਚਾਹੀਦਾ ਬੰਦਾ, ਹੈ ਨਾ। ਕਦੀ ਕਦਾਈ ਚੱਲ ਬਿਮਾਰ ਹੋ ਗਿਆ, ਪੈਸੇ ਲੱਗ ਗਏ, ਕੋਈ ਗੱਲ ਨਹੀਂ, ਹੈ ਨਾ। ਬਾਰ ਬਾਰ ਉਹ ਇੱਕੋ ਵਾਰੀ ਵਧੀਆ ਇਲਾਜ ਹੋਣਾ ਚਾਹੀਦਾ ਬੰਦੇ ਦਾ, ਹੈ ਨਾ। ਬਾਰ ਬਾਰ ਬਿਮਾਰ ਨਹੀਂ ਹੋਣਾ ਚਾਹੀਦਾ। ਸੱਚ ਹੋਰ ਤੁਹਾਨੂੰ ਗੱਲ ਦੱਸਣੀ ਸੀਗੀ ਵੀ ਸਾਡੇ ਪ੍ਰੋਗਰਾਮ ਸੀ, ਭੰਡਾਰਾ ਸੀਗਾ ਬਾਬੇ ਦਾ, ਹੈ ਨਾ, ਜਦੋਂ ਆਪਾਂ ਸਫਾਈ ਸਫੂਈ ਕਰਨ ਗਏ ਸੀਗੇ। ਉਹ ਫਿਰ ਭੰਡਾਰਾ ਆਪਾਂ ਕੈਂਸਲ ਕਰਤਾ, ਪਤਾ ਨਹੀਂ ਪੋਸਟਪੋਨ ਕਰਤਾ, ਹਲੇ ਕੁਛ ਮਤਲਬ ਪਤਾ ਨਹੀਂ ਹੈਗਾ ਪ੍ਰੋਪਰ, ਯਾਨੀ ਕਿ ਹਲੇ ਫਿਲਹਾਲ ਲਈ ਕੈਂਸਲ ਕਰਤਾ ਸੀ, ਕਿਉਂਕਿ ਭੰਡਾਰਾ ਹੋਣਾ ਸੀ ਇਸ ਐਤਵਾਰ, ਠੀਕ ਹੈ, ਅਤੇ ਅੱਜ ਤੋਂ 2 ਦਿਨ ਬਾਅਦ। ਅਤੇ ਬਟ ਹੁਣ ਕੈਂਸਲ ਹੋ ਗਿਆ, 1 ਦਿਨ ਬਾਅਦ, ਸੋਰੀ, ਅਤੇ ਹੁਣ ਕੈਂਸਲ ਹੋ ਗਿਆ, ਅਤੇ ਹੁਣ ਡਿਲੇ ਕਰਤਾ, ਸੋਰੀ, ਕੈਂਸਲ ਕਹੀ ਹੈ ਨਾ, ਡਿਲੇ ਕਰਤਾ, ਅਤੇ ਹੁਣ ਬਾਅਦ ਦੇਖਦੇ ਹਾਂ ਕਦੋਂ ਡੇਟ ਆਉਂਦੀ ਹੈ, ਕਿਉਂਕਿ ਡੈਥ ਹੋ ਗਈ ਸੀ ਤੁਹਾਨੂੰ ਪਤਾ, ਹੈ ਨਾ, ਵੀ ਚਾਚੀ ਸਾਡੀ ਪੂਰੀ ਹੋ ਗਈ ਸੀ, ਤਾਂ ਕਰਕੇ ਫਿਰ ਡਿਲੇ ਕਰਤਾ ਸੀ। ਅਤੇ ਬਾਕੀ ਹੁਣ ਦੇਖਦੇ ਹਾਂ ਕੀ ਬਣਦਾ। ਅਤੇ ਲਓ ਜੀ ਆਪਣਾ ਆ ਗਿਆ। ਨਨੇ ਤੈਨੂੰ ਖੋਲਦਾ ਮੈਂ, ਇੱਕ ਚੱਕ ਲੈ ਲਾ। ਤੁਸੀਂ ਠੀਕ ਨਹੀਂ ਹੋ ਨਾ ਖਾਓ, ਤੁਸੀਂ ਹੈਲਦੀ ਖਾਓ। ਓਏ ਹੋਏ ਹੋਏ, ਵਾਹ ਜੀ ਵਾਹ। ਨਾ 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 ਨਾ, ਤੁਸੀਂ ਠੀਕ ਨਹੀਂ ਹੋ। ਨਹੀਂ ਪਲੀਜ਼, ਇੱਕ ਹੀ ਚੱਕ ਨਾਲ ਕੁਝ ਨਹੀਂ ਹੁੰਦਾ। ਨਹੀਂ ਤੁਸੀਂ ਹੈਲਦੀ ਖਾਓ। ਓਏ ਨਾ ਖਾ, ਹੈਲਦੀ ਖਾ ਤੂੰ, ਤੂੰ ਹੈਲਦੀ, ਤੂੰ ਆ ਪੀ ਨਾ, ਹੱਦ ਹੋ ਗਈ ਹੈ। ਦੱਸ 8 ਰੱਖ ਦੋ, ਉਦਾਂ ਬੀਪੀ ਘਟਿਆ ਉਹਨਾਂ ਦਾ, ਇਹਨਾਂ ਦਾ ਪਹਿਲਾਂ ਸੋਸ ਪਾਓ। ਹੁਣ ਦੇਖ ਲਓ ਤੁਸੀਂ ਹੱਲ। ਹਾਂ ਕਿੱਦਾਂ ਦਾ ਲੱਗਿਆ? ਮੈਂ ਕਿੰਨੀ ਵਾਰੀ ਕਿਹਾ ਵੀ ਆ ਪੀਆ ਕਰ, ਮਨਾ ਕਰ ਦਿੰਦੀ, ਹੁਣ ਕਹਿੰਦੀ ਨੋਟ ਬੈਡ, ਵਧੀਆ ਲੱਗਿਆ, ਹੁਣ ਕਹਿੰਦੀ ਮੰਗਾ ਹੀ ਲੈਣਾ ਸੀ ਇੱਕ ਹੋਰ, ਹੈ ਮੰਨੇ। ਗੰਦੇ ਕੰਮ ਯਾਰ, ਬੱਚੂ ਐ ਨਹੀਂ ਖਾਣੇ ਚਾਹੀਦੇ ਵੈਸੇ ਬਰਗਰ, ਬੱਚਿਆਂ ਨੂੰ ਵੀ, ਕਿਸੇ ਨੂੰ ਵੀ ਨਹੀਂ ਖਾਣੇ ਚਾਹੀਦੇ। ਉਹ ਰੋਟੀ ਨਹੀਂ ਖਾਂਦੀ ਪੀ ਸਵੇਰ ਦੀ, ਗਲਤ ਗੱਲ ਹੈ ਨਾ, ਫਿਰ ਰੋਟੀ ਕਿਉਂ ਨਹੀਂ ਖਾਂਦੀ ਪੀ। ਹਾਂਜੀ, ਤੇ ਹੁਣ ਆਏ ਸੀ ਅਸੀਂ ਸਬਜ਼ੀ ਲੈਣ, ਤੇ ਆਹ ਦੇਖੋ ਸਾਡੀ ਤਿਤਲੀ ਦੀ ਮੰਡੀ ਹੈ, ਮਿੰਨੀ ਸਬਜ਼ੀ ਮੰਡੀ ਸਾਡੇ ਇੱਥੇ ਏਰੀਏ ਦੇ ਵਿੱਚ, ਦੇਖੋ ਰੌਣਕਾਂ ਇੱਥੇ ਦੀਆਂ। ਕੀ ਕਹਿ ਰਹੀ ਹੈ? ਆਹੋ ਆਹੋ, ਇਹ ਰਾਇਤਾ ਬਣਾਉਣਾ ਨਾ, ਪਰ ਰਾਇਤਾ ਸਬਜ਼ੀ ਬਣਾਉਣੀ ਹੈ, ਚੱਲ ਠੀਕ ਹੈ ਫਿਰ। ਗੋਭੀ ਹੈਗੀ ਨਾ ਆਪਣੇ ਕੋਲ, ਠੀਕ ਹੈ। ਹਾਂਜੀ ਬੇਟਾ, ਹਾਂ ਚੱਲ ਠੀਕ ਹੈ। ਉਹ ਸਾਹਮਣੇ ਗੋਲ ਗੱਪੇ ਵਾਲਾ ਰੇਹੜੀ ਵਾਲਾ, ਉਹਨੂੰ ਦੇਖ ਕੇ ਕਹਿੰਦੀ ਗੋਲ ਗੱਪੇ ਖਵਾ ਦਿਓ ਹੁਣ। ਚੱਲ ਲੈ ਲਈ ਸਬਜ਼ੀ ਸਾਰੀ, ਅਤੇ ਹੋਰ ਕੀ ਕੀ ਲੈਣਾ? ਹੋਰ ਲੈ ਲਾ, ਕੋਈ ਧਨੀਆ ਮਿਰਚਾਂ ਸਾਰਾ ਕੁਝ ਸਮਾਨ ਲੈ ਲਾ, ਜੇ ਲੈਣਾ ਤਾਂ। ਵਾਰ ਵਾਰ ਨਹੀਂ ਆ ਹੁੰਦਾ, ਹਰੀ ਮਿਰਚ ਹੈਗੀ ਆ, ਉਹ ਪਰੇ ਉਹ ਪਈ ਆ, ਠੀਕ ਆ। ਹਾਂਜੀ, ਤੇ ਹੁਣ ਅਗਲਾ ਦਿਨ, ਨਵਾਂ ਦਿਨ ਤੇ ਨਵੀਂ ਸ਼ੁਰੂਆਤ ਹੈ।
ਬਟ ਵਲੌਗ ਅਸੀਂ ਕੰਟੀਨਿਊ ਕਰ ਰਹੇ ਹਾਂ ਕਿਉਂਕਿ ਕੱਲ ਤੁਹਾਨੂੰ ਪਤਾ ਸਬਜ਼ੀ ਲੈਣ ਚਲੇ ਗਏ, ਉਸ ਤੋਂ ਬਾਅਦ ਫਿਰ ਵੀਡੀਓ ਨੂੰ ਆਪਾਂ ਕੰਟੀਨਿਊ ਨਹੀਂ ਕੀਤਾ ਹੈਗਾ ਤੇ ਸਬਜ਼ੀ ਸੁਬਜ਼ੀ ਮੈਂ ਬਿਜ਼ੀ ਹੋ ਗਏ ਸੀ ਕਿਉਂਕਿ ਮੰਮੀ ਘਰੇ ਨਹੀਂ ਨਾ ਹੈਗੇ ਤਾਂ ਕਰਕੇ, ਤੇ ਬਾਕੀ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ। ਵਲੌਗ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਲਾਈਕ ਵੀ ਕਰ ਦਿਓ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਸ ਵਲੌਗ ਨੂੰ ਆਪਾਂ ਕਰਦੇ ਹਾਂ ਇੱਥੇ ਐਂਡ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।